ਸਤਕਾਰਯੋ ਕਿਸਾਨ ਭੈਣੋ ਭਰਾਵੋ ਨੌਜਵਾਨੋ ਬਜ਼ੁਰਗੋ ਆਪਣਾ ਅੰਦੋਲਨ ਅੱਜ ਬਹੁਤ ਹੀ ਨਿਰਣਾਇਕ ਮੋੜ ਵੱਲ ਨੂੰ ਅੱਗੇ ਵਧ ਰਿਹਾ ਹੈ ਬਹੁਤ ਹੀ ਲਾਬਮਿਸਾਲ ਸਮਰਥਨ ਖਾਸ ਕਰਕੇ 26 ਜਨਵਰੀ ਦੀ ਪ੍ਰੇਡ ਦੀਆਂ ਜੋ ਕਮਾਲ ਦੀਆਂ ਤਿਆਰੀਆਂ ਸਾਡੇ ਨੌਜਵਾਨਾਂ ਨੇ ਵਿੱਡੀਆਂ ਨੇ ਉਹਦਾ ਮਿਲ ਰਿਹਾ ਹੈ ਤੇ ਇਹ ਸਾਰੀਆਂ ਰਿਪੋਰਟਾਂ ਬਹੁਤ ਕਮਾਲ ਦੀਆਂ ਸ਼ਾਜਨਕ ਨੇ ਸਾਡੇ ਵਾਸਤੇ ਤੇ ਦੂਜੇ ਪਾਸੇ ਸ਼ਾਇਦ ਇਹਨਾਂ ਰਿਪੋਰਟਾਂ ਦਾ ਹੀ ਡਰ ਇਹਨਾਂ ਰਿਪੋਰਟਾਂ ਦਾ ਹੀ ਇੱਕ ਦਬਾਅ ਉਹ ਸਰਕਾਰ ਦੇ ਉੱਤੇ ਵੀ ਨਜ਼ਰ ਆ ਰਿਹਾ ਹੈ ਇੱਕ ਪਾਸੇ ਦਿੱਲੀ ਪੁਲਿਸ ਗੱਲਬਾਤ ਕਰ ਰਹੀ ਹੈ ਸਾਡੇ ਆਗੂਆਂ ਦੇ ਨਾਲ ਰੂਟ ਮੈਪ ਬਾਰੇ ਤੇ ਹੋਰ ਸਾਰੀ ਤਾਂ ਕਿ ਇਹ ਪ੍ਰੋਗਰਾਮ ਜਿਹੜਾ ਇਹ ਸ਼ਾਂਤਮਈ ਹੋ ਸਕੇ ਜਿਵੇਂ ਅਸੀਂ ਕਿਹਾ ਦੂਜੇ ਪਾਸੇ ਸਰਕਾਰ ਵੀ ਆਪਣੀ ਗੱਲਬਾਤ ਦੇ ਵਿੱਚ ਪਹਿਲਾਂ ਨਾਲੋਂ ਕੁਝ ਢਿੱਲੀ ਪੈਂਦੀ ਕੁਝ ਲਿਫਦੀ ਨਜ਼ਰ ਆਈ ਹੈ ਕੱਲ ਸਾਡੇ ਆਗੂਆਂ ਦੇ ਸਾਹਮਣੇ ਸਰਕਾਰ ਨੇ ਜੋ ਪ੍ਰੋਪੋਜ਼ਲ ਰੱਖੇ ਸੋ ਉਹ ਬੜੇ ਸਾਡੇ ਵਾਸਤੇ ਧਿਆਨ ਦੇਣ ਯੋਗ ਪ੍ਰੋਪੋਜ਼ਲ ਨੇ ਇਸ ਕਰਕੇ ਧਿਆਨ ਦੇਣ ਯੋਗ ਨੇ ਕਿਉਂਕਿ ਜਦੋਂ ਵੀ ਗੱਲਬਾਤ ਦੇ ਵਿੱਚ ਕੋਈ ਵੀ ਨਵੀਂ ਚੀਜ਼ ਆਵੇ ਉਹ ਸਾਡੇ ਵਾਸਤੇ ਧਿਆਨ ਦੇਣ ਯੋਗ ਹੁੰਦੀ ਹੈ ਜ਼ਰੂਰੀ ਨਹੀਂ ਅਸੀਂ ਉਹਨਾਂ ਨੂੰ ਮੰਨੀਏ ਲੇਕਿਨ ਉਹ ਸਾਡੇ ਸਾਹਮਣੇ ਜੋ ਟੇਬਲ ਦੇ ਦੂਜੇ ਪਾਸੇ ਬੈਠੇ ਅਫਸਰ ਨੇ ਮੰਤਰੀ ਨੇ ਸਰਕਾਰ ਹੈ ਉਹ ਉਹਨਾਂ ਦੀ ਮਨਸ਼ਾ ਉਹਨਾਂ ਦੀ ਜੋੜ ਤੋੜ ਉਹ ਕਿਵੇਂ ਸੋਚ ਰਹੇ ਨੇ ਚੀਜ਼ਾਂ ਬਾਰੇ ਇਹਦੇ ਬਾਰੇ ਸਾਨੂੰ ਬਹੁਤ ਕੁਝ ਦੱਸ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਫੈਸਲਾ ਤਾਂ ਜਥੇਬੰਦੀਆਂ ਦੀ ਸਾਂਝੀ ਕਮੇਟੀਆਂ ਨੇ ਜੋ ਸਾਡੇ ਆਗੂਆਂ ਨੇ ਲੈਣਾ ਹੈ ਅਸੀਂ ਉਸੇ ਫੈਸਲੇ ਤੇ ਫੁੱਲ ਚੜਾਉਣੇ ਨੇ ਉਹ ਫੈਸਲਾ ਬੜੇ ਤਰੀਕੇ ਨਾਲ ਲਿਆ ਜਾਂਦਾ ਸਾਡੇ ਇੱਥੇ ਬਹੁਤ ਵਧੀਆ ਤਰੀਕਾ ਬਣ ਚੁੱਕਿਆ ਹੁਣ ਤਾਂ ਸਾਡੀਆਂ ਜਥੇਬੰਦੀਆਂ ਬੈਠਦੀਆਂ ਨੇ ਪੂਰੇ ਇੱਕ ਇੱਕ ਦਲੀਲ ਦੇ ਉੱਤੇ ਗੱਲ ਹੁੰਦੀ ਹੈ ਸੋ ਸੰਗਤ ਸਾਡੇ ਲੋਕ ਸਾਡੀਆਂ ਟਰਾਲੀਆਂ ਦੇ ਵਿੱਚ ਬੈਠੀ ਜਨਤਾ ਸਾਡੇ ਧੂਣੀਆਂ ਦੇ ਉੱਤੇ ਰਾਤ ਨੂੰ ਬੈਠ ਕੇ ਚੱਲਦੀਆਂ ਵਿਚਾਰਾਂ ਚਰਚਾਵਾ ਉਹਨਾਂ ਦੇ ਵਿਚਾਰਾਂ ਚਰਚਾਵਾ ਦੇ ਵਾਸਤੇ ਇਸ ਮਸਲੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਹਨੂੰ ਸਮਝਾਂਗੇ ਤਾਂ ਕਿ ਅਸੀਂ ਸਾਰਾ ਲੋਕਾਈ ਸਾਰਾ ਇਕੱਠ ਸਾਰਾ ਪੰਜਾਬ ਸਾਰਾ ਹਰਿਆਣਾ ਸਾਰਾ ਯੂਪ ਆਪਾਂ ਰਲ ਕੇ ਕਿਸੇ ਫੈਸਲੇ ਦੇ ਉੱਤੇ ਜ਼ਰੂਰ ਪਹੁੰਚੀਏ ਫੇਰ ਹੀ ਉਹ ਫੈਸਲਾ ਜਿਹੜਾ ਹੈਗਾ ਉਹ ਸਾਡਾ ਫੈਸਲਾ ਹੋਏਗਾ ਫੇਰ ਹੀ ਉਹ ਫੈਸਲਾ ਜਿਹੜਾ ਹੈਗਾ ਉਹ ਹੀ ਅਸਲੀ ਅਸੀਂ ਸੋਚਿਆ ਸਮਝਿਆ ਸਾਡੇ ਅੰਦੋਲਨ ਦਾ ਅਗਲਾ ਸਟੈਪ ਹੋਏਗਾ ਇਸ ਇਸ ਨੁਕਤਾ ਨਿਗਾਤੋਂ ਮੈਨੂੰ ਲੱਗਿਆ ਕਿ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਰੂਪ ਦੇ ਵਿੱਚ ਇਸ ਮਾਮਲੇ ਨੂੰ ਖੋਲ੍ਹ ਲਈਏ ਤਾਕੀ ਆਪਾਂ ਕਿਸੇ ਨਤੀਜੇ ਤੇ ਸਾ ਆਪਦੇ ਆਪਦੇ ਵਾਸਤੇ ਸੋਚਣ ਵਾਸਤੇ ਇੱਕ ਖੁਰਾਕ ਵਜੋਂ ਹੀ ਮੈਂ ਇਹ ਨੁਕਤੇ ਜਿਹੜੇ ਉਹ ਦੇਣਾ ਚਾਹੁੰਦਾ ਇਹ ਕੋਈ ਫੈਸਲਾ ਜਾਂ ਆਪਣੇ ਕੋਈ ਸੁਝਾਅ ਹਲੇ ਮੈਂ ਨਹੀਂ ਦੇ ਰਿਹਾ ਕਿਉਂਕਿ ਉਹ ਉਹੀ ਹੋਏਗਾ ਜੋ ਸਾਡੀ ਫਾਈਨਲ ਸਾਰੇ ਅਗੋਂ ਆਪ ਰੜ ਕੇ ਫੈਸਲਾ ਕਰਾਂਗੇ ਸੋ ਉਹਦੇ ਨੁਕਤਾਂ ਨਿਗਾਹ ਤੋਂ ਮੈਨੂੰ ਲੱਗਦਾ ਕਿ ਜੇ ਪਹਿਲਾਂ ਸਰਕਾਰ ਦੀ ਪ੍ਰੋਪੋਜ਼ਲ ਸੁਣੀ ਹੈ ਕੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਡੇਢ ਸਾਲ ਲਈ ਇਸ ਤਿੰਨੋਂ ਕਾਨੂੰਨਾਂ ਦੀ ਕਾਰਵਾਈ ਨੂੰ ਸਸਪੈਂਡ ਕਰ ਦਾਂਗੇ ਯਾਨੀ ਕਾਨੂੰਨ ਪਾਸ ਰਹਿਣਗੇ ਲੇਕਿਨ ਉਹਨਾਂ ਦੇ ਲਾਗੂ ਹੋਣਾ ਇੰਪਲੀਮੈਂਟੇਸ਼ਨ ਉਹ ਸਸਪੈਂਡ ਕਰ ਦਿੱਤੀ ਜਾਊਗੀ 1.5 ਸਾਲ ਲਈ ਔਰ ਉਸ ਦੌਰਾਨ ਕੀ ਹੋਏਗਾ ਉਹ ਕਹਿੰਦੇ ਉਸ ਦੌਰਾਨ ਇੱਕ ਕਮੇਟੀ ਬਣੇਗੀ ਉਹ ਕਮੇਟੀ ਜਿਹੜੀ ਹੈ ਉਹਦੇ ਚ ਕਿਸਾਨ ਆਗੂ ਵੀ ਸ਼ਾਮਲ ਹੋਣਗੇ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਤੇ ਉਹ ਕਮੇਟੀ ਰਲ ਕੇ ਜੋ ਉਹਨਾਂ ਦੇ ਕੱਲ ਨਰਿੰਦਰ ਤੋਮਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ੋਰ ਦੇ ਕੇ ਉਸਨੇ ਕਿਹਾ ਕਿ ਉਹ ਕਮੇਟੀ ਜਿਹੜੀ ਹੈ ਉਹ ਕਾਨੂੰਨਾਂ ਬਾਰੇ ਵੀ ਤੇ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਗੱਲ ਕਰੇਗੀ ਸੋ ਇਹ ਉਹਨੇ ਜ਼ੋਰ ਦੇ ਕੇ ਕਿਹਾ ਪੱਤਰਕਾਰਾਂ ਨੇ ਰਿਪੀਟ ਕੀਤਾ ਫਿਰ ਉਹਨਾਂ ਨੇ ਸਵਾਲ ਦੇ ਜਵਾਬ ਚ ਦੁਬਾਰਾ ਜ਼ੋਰ ਦੇ ਕੇ ਕਿਹਾ ਵੀ ਕਾਨੂੰਨਾ ਬਾਰੇ ਅਤੇ ਅੰਦੋਲਨ ਦੇ ਸਾਰੇ ਪਹਿਲੂਆਂ ਬਾਰੇ ਸੋ ਇਹ ਉਸ ਕਮੇਟੀ ਤੇ ਕੰਮ ਹੋਣਗੇ ਤੇ ਉਹ ਜਿਹੜੀ ਕਾਨੂੰਨਾ ਦੇ ਉੱਤੇ ਇੰਪਲੀਮੈਂਟੇਸ਼ਨ ਤੇ 1.5 ਸਾਲ ਦੀ ਰੋਕ ਹੈ ਉਸ ਰੋਕ ਦੇ ਨਾਲ ਇੱਕ ਵਾਰ ਇਹ ਕਾਨੂੰਨ ਜਿਹੜੇ ਨੇ ਲਟਕ ਜਾਣਗੇ ਕਸਾ ਹੋਊਗਾ ਦੂਜਾ ਜਿਹੜਾ ਹੈਗਾ ਐਮਐਸਪੀ ਦਾ ਸਵਾਲ ਸਾਡਾ ਹੈਗਾ ਉਹਦੇ ਬਾਰੇ ਵੀ ਇਹ ਹੈ ਕਿ ਉਹ ਵੀ ਏਸੀ ਕਮੇਟੀ ਦੇ ਵਿੱਚ ਐਮਐਸਪੀ ਦਾ ਕਾਨੂੰਨ ਬਣਾਉਣ ਬਾਰੇ ਚਰਚਾ ਹੋਏਗੀ ਤੇ ਸਰਕਾਰ ਇਸ ਮੁਤਲਕ ਐਫੀਡੇਵਿਟ ਜਿਹੜਾ ਹੈਗਾ ਉਹ ਕਹਿ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਦੇ ਦੇਗੀ ਸੋ ਆਹ ਹੈ ਜੋ ਸਰਕਾਰ ਨੇ ਪ੍ਰੋਪੋਜ਼ਲ ਆਪਾਨੂੰ ਦਿੱਤਾ ਹੈ ਹੁਣ ਗੰਭੀਰਤਾ ਨਾਲ ਵਿਚਾਰਤਾ ਹਰ ਪ੍ਰੋਪੋਜ਼ਲ ਤੇ ਕਰਨਾ ਹੀ ਚਾਹੀਦਾ ਹੈ ਹਾਲਾਂਕਿ ਹਾਲ ਦੀ ਘੜੀ ਸਭ ਦੀ ਵੋਟ ਸਭ ਦੇ ਮਨਸ਼ਾਹੀ ਹੈ ਕਾਨੂੰਨ ਰੱਦ ਕਾਨੂੰਨ ਰੱਦ ਔਰ ਨਵਾਂ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਸਬ ਲੇਕਿਨ ਪ੍ਰੋਪੋਜ਼ਲ ਆਇਆ ਹੈ ਪ੍ਰੋਪੋਜ਼ਲ ਆਇਆ ਜੇ ਅਸੀਂ ਉਸ ਨੂੰ ਰੱਦ ਵੀ ਕਰਦੇ ਆ ਤਾਂ ਸਾਡੇ ਕੋਲ ਕੀ ਦਲੀਲ ਹੋਣੀ ਚਾਹੀਦੀ ਹੈ ਉਸ ਨੂੰ ਰੱਦ ਕਰਨ ਦੀ ਤਾਂ ਕਿ ਐਸਾ ਨਾ ਹੋਵੇ ਕਿ ਅਸੀਂ ਫਿਰ ਤੋਂ ਸਾਨੂੰ ਜਿੱਦੀ ਕਿਹਾ ਜਾਵੇ ਅਸੀਂ ਜਿੱਦੀ ਨਹੀਂ ਆ ਸਾਡੇ ਕੋਲ ਤਰਕ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਦੇ ਤੇ ਜੇ ਅਸੀਂ ਪ੍ਰੋਪੋਜ਼ਲ ਨੂੰ ਮੰਨਦੇ ਆ ਜੇ ਮੰਨਦੇ ਆ ਤਾਂ ਵੀ ਕੋਈ ਸਾਡੇ ਕੋਲ ਕੋਈ ਤਰਕ ਹੋਣੇ ਚਾਹੀਦੇ ਨੇ ਸੋ ਕੀ ਤਰਕ ਹੋ ਸਕਦੇ ਮੰਨਣ ਦੇ ਕੀ ਤਰਕ ਹੋ ਸਕਦੇ ਨੇ ਨਾ ਮੰਨਣ ਦੇ ਮੈਨੂੰ ਲੱਗਦਾ ਮੈਂ ਸਿਰਫ ਇਸੇ ਦਾਇਰੇ ਦੇ ਵਿੱਚ ਕਿਸੇ ਫੈਸਲੇ ਤੇ ਨਾ ਪਹੁੰਚਦੇ ਹੋਏ ਗੱਲ ਕਰਾਂਗਾ ਸਾਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਇੱਕ ਸਵਾਲ ਜਿਹੜਾ ਸੋਚਣ ਵਿਚਾਰਨ ਵਾਲਾ ਹੈ ਡੇਢ ਸਾਲ ਲਈ ਸਸਪੈਂਸ਼ਨ ਹੋ ਜੂਗੀ ਜਾਂ ਵਧਾ ਕੇ ਸਰਕਾਰ 2 ਸਾਲ ਲਈ ਕਰ ਦੇਵੇ ਜਾਂ ਹੋਰ ਵਧਾ ਦੇਵੇ ਸਸਪੈਂਸ਼ਨ ਤੋਂ ਬਾਅਦ ਕੀ ਹੋਏਗਾ ਕੀ ਸਸਪੈਂਸ਼ਨ ਤੋਂ ਬਾਅਦ ਇਹ ਕਾਨੂੰਨ ਜਿਹੜੇ ਨੇ ਆਟੋਮੈਟਿਕਲੀ ਲਾਗੂ ਨਹੀਂ ਹੋਣਗੇ ਬਿਲਕੁਲ ਹੋਣਗੇ ਕਿਉਂਕਿ ਐਫੀਡੇਵਿਟ ਸਿਰਫ ਇਨਾ ਹੀ ਕਹੇਗਾ ਕਿ ਅਸੀਂ ਕਿੰਨੀ ਦੇਰ ਲਈ ਇਹਨਾਂ ਨੂੰ ਲਾਗੂ ਨਹੀਂ ਕਰਾਂਗੇ ਸੋ ਜਿੰਨੀ ਦੇਰ ਲਈ ਇਹਨਾਂ ਨੂੰ ਲਾਗੂ ਨਹੀਂ ਕਰਾਂਗੇ ਉਸ ਤੋਂ ਬਾਅਦ ਕੀ ਇਸ ਕਾਨੂੰਨੀ ਨੁਕਤੇ ਤੇ ਵਕੀਲਾਂ ਦੀ ਵੀ رائے ਲੈਣੀ ਜ਼ਰੂਰੀ ਚਾਹੀਦੀ ਹੈ ਤੇ ਜੋ ਸਾਨੂੰ ਪੜ ਕੇ ਦੇਖਣ ਸਮਝ ਆ ਰਿਹਾ ਉਹ ਤਾਂ ਇਹੀ ਸਮਝ ਆ ਰਿਹਾ ਵੀ ਜਿੰਨੀ ਦੇਰ ਲਈ ਸਸਪੈਂਸ਼ਨ ਹੋਏਗੀ ਜਿਸ ਤਰੀਕ ਨੂੰ ਸਸਪੈਂਸ਼ਨ ਖਤਮ ਹੋ ਜਾਏਗੀ ਉਸ ਤਰੀਕ ਤੋਂ ਬਾਅਦ ਆਟੋਮੈਟਿਕਲੀ ਕਾਨੂੰਨ ਲਾਗੂ ਮੰਨੇ ਜਾਣਗੇ ਸੋ ਇਹ ਇਸ ਨੁਕਤੇ ਦੇ ਉੱਤੇ ਵਿਚਾਰ ਲੈਣਾ ਚਾਹੀਦਾ ਹੈ ਦੂਜੀ ਚੀਜ਼ ਜਿਹੜੀ ਸਾਨੂੰ ਜਾਣਣ ਦੀ ਹੈ ਕਿ ਉਹ ਕਮੇਟੀ ਜਿਹੜੀ ਬਣਾਈ ਜਾਊਗੀ ਕੀ ਉਸਦੇ ਮੈਂਬਰ ਬਾਅਦ ਚੋਂ ਬਦਲੇ ਵੀ ਜਾ ਸਕਦੇ ਨੇ ਕੀ ਜਿਹੜੇ ਮੈਂਬਰ ਅੱਜ ਐਜੀਟੇਸ਼ਨ ਦੇ ਜ਼ੋਰ ਦੇ ਉੱਤੇ ਉੱਥੇ ਸ਼ਾਮਲ ਕੀਤੇ ਜਾਣਗੇ ਇਹ ਤੋਖਲੇ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਐਸਾ ਤਾਂ ਨਹੀਂ ਹੋਏਗਾ ਸਰਕਾਰ ਬਾਦ ਦੇ ਵਿੱਚੋਂ ਨਵੇਂ ਮੈਂਬਰ ਲੈ ਆਏਗੀ ਕਿ ਪੁਰਾਣੇ ਮੈਂਬਰ ਜਿਹੜੇ ਨੇ ਉਹ ਗੱਲ ਨਹੀਂ ਸੁਣ ਰਹੇ ਕਮੇਟੀ ਦੇ ਵਿੱਚ ਠੀਕ ਬਿਹੇਵ ਨਹੀਂ ਕਰ ਰਹੇ ਸੋ ਅਸੀਂ ਨਵੇਂ ਮੈਂਬਰਾਂ ਨੂੰ ਲੈ ਲੰਨੇ ਆ ਸੋ ਨਵੇਂ ਮੈਂਬਰ ਪਾ ਕੇ ਜੇ ਪਿਛਲੀ ਕਮੇਟੀ ਦੇ ਵਿੱਚੋਂ ਕੁਝ ਮੈਂਬਰ ਕੱਢੇ ਜਾ ਸਕਦੇ ਨੇ ਤਾਂ ਨਵੇਂ ਦੇ ਵਿੱਚ ਪਾਏ ਵੀ ਜਾ ਸਕਦੇ ਨੇ ਸੋ ਕੀ ਐਸਾ ਕੁਝ ਤਾਂ ਨਹੀਂ ਹੋਣ ਜਾ ਰਿਹਾ ਇਹਦੇ ਬਾਰੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਜਿਹੜੀ ਹੈਗੀ ਹੋਣੀ ਚਾਹੀਦੀ ਹੈ ਸਾਹਮਣੇ ਆਣੀ ਚਾਹੀਦੀ ਹੈ ਇਸੇ ਤਰ੍ਹਾਂ ਇਹ ਵੀ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੀ ਇਹ ਕਮੇਟੀ ਹੈ ਉਹ ਜਦੋਂ ਉਹ ਕਹਿ ਰਹੇ ਨੇ ਕਿ ਕਾਨੂੰਨਾ ਬਾਰੇ ਤੇ ਅੰਦੋਲਨ ਦੇ ਇਹ ਵੱਖ-ਵੱਖ ਪਹਿਲੂ ਕੀ ਨੇ ਅੰਦੋਲਨ ਦੇ ਕਾਨੂੰਨ ਤਾਂ ਸਾਨੂੰ ਸਮਝ ਆਂਦਾ ਹੈ ਤਿੰਨ ਕਾਨੂੰਨ ਨੇ ਜਿਹੜੇ ਅਸੀਂ ਰੱਦ ਕਰਨ ਨੂੰ ਕਹਿ ਰਹੇ ਹਾਂ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਜਿਹੜਾ ਅਸੀਂ ਜਿਹੜਾ ਹਾਲੇ ਕਾਨੂੰਨ ਬਣਿਆ ਨਹੀਂਗਾ ਉਸ ਨੂੰ ਕਹਿ ਰਹੇ ਹਾਂ ਕਿ ਨਾ ਬਣਾਇਓ ਬਿੱਲ ਹੈ ਬਿਜਲੀ ਵਾਲਾ ਇੱਕ ਕਾਨੂੰਨ ਹੈ ਜਿਹਦੇ ਵਿੱਚ ਅਸੀਂ ਅਮੈਂਡਮੈਂਟ ਦੀ ਗੱਲ ਕਰ ਰਹੇ ਹਾਂ ਤੇ ਇੱਕ ਕਾਨੂੰਨ ਹੈ ਜਿਹੜਾ ਅਸੀਂ ਨਵਾਂ ਬਣਾਉਣ ਬਾਰੇ ਗੱਲ ਕਰ ਰਹੇ ਹਾਂ ਐਮਐਸਪੀ ਦਾ ਇਹ ਤਾਂ ਹੋ ਗਈ ਕਾਨੂੰਨਾਂ ਦੀ ਗੱਲ ਫਿਰ ਲੇਕਿਨ ਮੰਤਰੀ ਨੇ ਬਹੁਤ ਜ਼ੋਰ ਦੇ ਕੇ ਕਿਹਾ ਵੀ ਅੰਦੋਲਨ ਦੇ ਵੱਖ-ਵੱਖ ਪਹਿਲੂ ਉਹ ਕੀ ਨੇ ਕਿਧਰੇ ਤਾਂ ਨਹੀਂ ਕਿ ਅੰਦੋਲਨ ਦੇ ਉਹ ਵੱਖ-ਵੱਖ ਪਹਿਲੂਆਂ ਤੋਂ ਉਹਨਾਂ ਦਾ ਭਾਵ ਜਿਹੜਾ ਹੈਗਾ ਉਹ ਇਹ ਹੈ ਕਿ ਅੰਦੋਲਨ ਦੀ ਫੰਡਿੰਗ ਕਿੱਥੋਂ ਹੋਈ ਹੈ ਅੰਦੋਲਨ ਨੂੰ ਕੀ ਨੇ ਸਪੋਰਟ ਕੀਤੀ ਹੈ ਅੰਦੋਲਨ ਕਿਦੇ ਇਸ਼ਾਰੇ ਤੇ ਚੱਲ ਰਿਹਾ ਹੈ ਜਿਹੜੀਆਂ ਇਹ ਸਰਕਾਰ ਪ੍ਰਚਾਰ ਹੁਣ ਤੱਕ ਕਰਦੀ ਰਹੀ ਹੈ ਕਿਤੇ ਇਸੇ ਪ੍ਰਚਾਰ ਨੂੰ ਉਹ ਵੱਖ-ਵੱਖ ਪਹਿਲੂ ਦੇ ਨਾਂ ਦੇ ਉੱਤੇ ਤਾਂ ਨਹੀਂ ਕਵਰ ਕਰ ਰਹੇ ਇਹ ਸਵਾਲ ਮੈਨੂੰ ਲੱਗਦਾ ਹੈ ਸਪਸ਼ਟ ਕਰ ਲੈਣੇ ਚਾਹੀਦੇ ਨੇ ਕਿਸੇ ਵੀ ਐਸੀ ਗੱਲਬਾਤ ਦੇ ਉੱਤੇ ਆਪਣੀ ਰਾਏ ਕਾਇਮ ਕਰਨ ਤੋਂ ਪਹਿਲਾਂ ਅਗਲੀ ਜਿਹੜੀ ਮੈਨੂੰ ਲੱਗਦਾ ਹੈ ਇਸੇ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ ਸਰਕਾਰ ਨੂੰ ਸਮਾਂ ਕਿਉਂ ਚਾਹੀਦਾ ਹੈ 1.5 ਸਾਲ ਦਾ ਇਹ ਵੀ ਸਾਨੂੰ ਸੋ ਸਾਨੂੰ ਵੀ ਸਮਾਂ ਮਿਲੇਗਾ ਸਰਕਾਰ ਨੂੰ ਵੀ ਮਿਲੇਗਾ ਅਸੀਂ ਇੱਥੋਂ ਘਰ ਚਲ ਜਾਾਂਗੇ ਆਪਣੇ ਆਪਣੇ ਕੰਮ ਲੱਗ ਜਾਾਂਗੇ ਸਰਕਾਰ ਜਿਹੜੀ ਹੈ ਉਹਦੇ ਗਲੋਂ ਇੱਕ ਅੰਦੋਲਨ ਜਿਹੜਾ ਹੈਗਾ ਉਹ ਲੈ ਜਾਊਗਾ ਇੱਕ ਦਿੱਲੀ ਦੇ ਸਰਦ ਤੇ ਬੈਠੇ ਲੋਕ ਖਾਲੀ ਕਰ ਦੇਣਗੇ ਸਰਦ ਨੂੰ ਜੇ ਸਰਕਾਰ ਇਹ ਸੋਚਦੀ ਹੈ ਤਾਂ ਸਰਕਾਰ ਨੂੰ ਵੀ ਸਮਾਂ ਚਾਹੀਦਾ ਕਦੇ ਵਾਸਤੇ ਹੈ ਉਹ ਕਹਿੰਦੇ ਸਮਾਂ ਲੱਗਦਾ ਹੈ ਸਮਾਂ ਕੀ ਸਿਰਫ ਇਸ ਗੱਲ ਲਈ ਲੱਗਦਾ ਕਿ ਕਾਨੂੰਨ ਕਿਵੇਂ ਰੱਦ ਕੀਤੇ ਜਾਣ ਐਸਾ ਤਾਂ ਨਹੀਂ ਕਹਿ ਰਹੇ ਹੋ ਉਹ ਕਹਿੰਦੇ ਕਿ ਕਾਨੂੰਨ ਦੇ ਉੱਤੇ ਵਿਚਾਰਾਂ ਕਰਨ ਲਈ ਸਮਾਂ ਲੱਗਦਾ ਹੈ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਨ ਲਈ ਸਮਾਂ ਲੱਗਦਾ ਹੈ ਸੋ ਇਹਦਾ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਸ਼ਾਇਦ ਸਰਕਾਰ ਜਿਹੜੀ ਹੈ ਇਸ ਵੱਡੇ ਪੱਧਰ ਦੇ ਅੰਦੋਲਨ ਵਾਸਤੇ ਪਹਿਲਾਂ ਤੋਂ ਤਿਆਰ ਨਹੀਂ ਸੀ ਤੇ ਜਿੱਡਾ ਵੱਡਾ ਇਹ ਅੰਦੋਲਨ ਹੋ ਗਿਆ ਕਿਉਂਕਿ ਅਦਰਵਾਇਜ਼ ਤਾਂ ਇਹ ਗੱਲ ਸਰਕਾਰ ਉਦੋਂ ਵੀ ਕਰ ਸਕਦੀ ਸੀ ਜਦੋਂ ਆਪਾਂ ਪੰਜਾਬ 'ਚ ਬੈਠੇ ਸੀ ਉਦੋਂ ਵੀ ਕਾਨੂੰਨ ਨੂੰ ਸਸਪੈਂਡ ਕਰਕੇ ਸਾਡੇ ਨਾਲ ਗੱਲਬਾਤ ਹੋਣੀ ਹੀ ਜਾ ਸਕਦੀ ਸੀ ਸੋ ਉਹ ਵਾਲੀ ਗੱਲ ਜਿਹੜੀ ਪੰਜਾਬ ਚ ਵੀ ਹੋ ਸਕਦੀ ਸੀ ਉਹ ਸਰਕਾਰ ਹੁਣ ਕਰ ਰਹੀ ਹੈ ਇਹਦਾ ਮਤਲਬ ਸਰਕਾਰ ਨੂੰ ਇਸ ਅੰਦੋਲਨ ਦੀ ਤਾਕਤ ਦਾ ਪਹਿਲਾ ਅਹਿਸਾਸ ਨਹੀਂ ਸੀ ਤਾਂ ਹੁਣ ਜੋ ਹੋਇਆ ਉਸ ਤੋਂ ਬਾਅਦ ਸਰਕਾਰ ਨੂੰ ਲੱਗਦਾ ਹੈ ਕਿ ਸਮਾਂ ਚਾਹੀਦਾ ਸੋ ਸਰਕਾਰ ਨੂੰ ਸਮਾਂ ਚਾਹੀਦਾ ਹੈ ਕਿ ਇਸ ਅੰਦੋਲਨ ਦੇ ਵੱਖ-ਵੱਖ ਪਹਿਲੂ ਮਤਲਬ ਕਿ ਇਸ ਅੰਦੋਲਨ ਦੇ ਹੱਕ ਚਕਾਉਣ ਦੇ ਤੇ ਖਿਲਾਫ ਕਾਉਣ ਦੇ ਇਹਦਾ ਮਤਲਬ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਕਿ 250 ਜਥੇਬੰਦੀਆਂ ਦਾ ਕੋਈ ਗਰੁੱਪ ਉਹ ਸਰਕਾਰ ਨੂੰ ਮਿਲ ਕੇ ਗਿਆ ਕਿ ਉਹ ਕਾਨੂੰਨਾ ਦੇ ਹੱਕ ਚ ਨੇ ਤੇ ਮੈਂ ਪਿਛਲੇ ਦਿਨੀ ਲਿਸਟ ਚੈੱਕ ਕਰ ਰਿਹਾ ਸੀ ਉਹਦੇ ਚ ਜ਼ਿਆਦਾਤਰ ਫੂਡ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਨੇ ਐਫ ਪੀਓ ਨੇ ਕਰਨਾਟਕਾ ਤੋਂ ਆਏ ਹੋਏ ਸੀ ਯੂਪੀ ਤੋਂ ਸੀ ਕੁਝ ਸੋ ਉਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਵਰਗੀਆਂ ਹੋਰ ਸੰਸਥਾਵਾਂ ਹੋਰ ਯੂਨੀਨਾ ਹੋਰ ਕਿਸਾਨੀ ਦੇ ਹਿੱਸੇ ਜਿਹੜੇ ਨੇ ਜਿਨ੍ਹਾਂ ਨੂੰ ਸਰਕਾਰ ਸ਼ਾਇਦ ਇਸ ਕਾਨੂੰਨ ਦੇ ਹੱਕ ਦੇ ਵਿੱਚ ਮੋਬਾਈਲਾਈਜ਼ ਕਰ ਸਕਦੀ ਹੋਵੇ ਸ਼ਾਇਦ ਸਰਕਾਰ ਨੂੰ ਉਹਨਾਂ ਨੂੰ ਮੋਬਾਈਲਾਈਜੇਸ਼ਨ ਕਰਨ ਵਾਸਤੇ ਵੀ ਸਮਾਂ ਚਾਹੀਦਾ ਹੋਵੇਗਾ ਸੋ ਇਹਦਾ ਮਤਲਬ ਸਰਕਾਰ ਨੂੰ ਸਮਾਂ ਕਈ ਕੰਮ ਲਈ ਚਾਹੀਦਾ ਹੈ ਦੁੱਧ ਜੇ ਪਾਸੇ ਸਾਨੂੰ ਵੀ ਸੋਚਣਾ ਚਾਹੀਦਾ ਹੈ ਸਾਨੂੰ ਕਦੇ ਵਾਸਤੇ ਸਮਾਂ ਚਾਹੀਦਾ ਸਾਡਾ ਅੰਦੋਲਨ ਇਸ ਵੇਲੇ ਲਾ-ਮਿਸਾਲ ਤਾਕਤ ਦੇ ਨਾਲ ਲਾ-ਮਿਸਾਲ ਲੀਕੇ ਦੇ ਨਾਲ ਚੱਲ ਰਿਹਾ ਹੈ ਸਾਡਾ ਅੰਦੋਲਨ ਹਾਲ ਦੀ ਘੜੀ ਲਗਾਤਾਰ ਫੈਲ ਰਿਹਾ ਹੈ ਸਾਡੇ ਅੰਦੋਲਨ ਨੂੰ ਹਾਲ ਦੀ ਘੜੀ ਸਪੋਰਟ ਜਿਹੜੀ ਮਿਲ ਰਹੀ ਹੈ ਉਹ ਲਗਾਤਾਰ ਵੱਧ ਰਹੀ ਹੈ ਸੋ ਸਾਡਾ ਅੰਦੋਲਨ ਹਲੇ ਵਾਦੇ ਤੇ ਹੈ ਕਿ ਸਾਨੂੰ ਵੀ ਸਮਾਂ ਚਾਹੀਦਾ ਹੈ ਇਹ ਨੁਕਤਾ ਵੀ ਮੈਨੂੰ ਲੱਗਦਾ ਵਿਚਾਰ ਲੈਣਾ ਚਾਹੀਦਾ ਹੈ ਸੋ ਇਹ ਵਿਚਾਰਨਯੋਗ ਨੁਕਤਾ ਹੈ ਕਿ ਸਰਕਾਰ ਨੂੰ ਸਮਾਂ ਕਦੇ ਵਾਸਤੇ ਚਾਹੀਦਾ ਹੈ ਤੇ ਸਾਨੂੰ ਸਮਾਂ ਕਦੇ ਵਾਸਤੇ ਚਾਹੀਦਾ ਹੈ ਸੋ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਨੂੰ ਆਪਣੇ ਸਹੀ ਨਤੀਜੇ ਤੇ ਪਹੁੰਚਣ ਲਈ ਮਦਦ ਸ਼ਾਇਦ ਕਰੇਗਾ ਇੱਕ ਜਿਹੜਾ ਨੁਕਤਾ ਸਾਡੇ ਦਿਮਾਗ ਚ ਆਂਦਾ ਹੈ ਉਹ ਇਹ ਕਿ ਸਰਕਾਰ ਏਡਾ ਵੱਡਾ ਫੈਸਲਾ ਲੈਣ ਤੋਂ ਬਾਅਦ ਤੁਰੰਤ ਸਾਡੇ ਨਾਲ ਮੁਕਰ ਨਹੀਂ ਸਕਦੀ ਇੱਕ ਤਾਂ ਇਹ ਵਿਚਾਰ ਕਈ ਲੋਕਾਂ ਨੇ ਮੈਨੂੰ ਦਿੱਤਾ ਇੱਕ ਵਿਚਾਰ ਇਹ ਵੀ ਆਇਆ ਕਿ ਜੇ ਸਰਕਾਰ ਸਾਡੇ ਨਾਲ ਕਾਨੂੰਨ ਰੱਦ ਵੀ ਕਰ ਦੇਵੇ ਕਾਨੂੰਨ ਤਾਂ ਉਹ ਦੁਬਾਰਾ ਵੀ ਬਣਾ ਸਕਦੀ ਹੈ ਸੋ ਇਹ ਦੋਨੋਂ ਚੀਜ਼ਾਂ ਵੀ ਦੇ ਆਨ ਮੰਗਦਿਆਂ ਨੇ ਇਹ ਸਵਾਲ ਵੀ ਆਏ ਨੇ ਸਾਥੀਆਂ ਦੇ ਸੋ ਇਹਦੇ ਬਾਰੇ ਵੀ ਸਾਨੂੰ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਿੱਡਾ ਵੱਡਾ ਅੰਦੋਲਨ ਇਹ ਹੈ ਉਸ ਨੂੰ ਜੇ ਆਪਾਂ ਕਹੀਏ ਕਿ ਇਹ ਅਧੋਨ ਸ਼ੁਰੂ ਕਿੱਥੋਂ ਹੋਇਆ ਇਹ ਕਿਸੇ ਘਟਨਾ ਤੋਂ ਹੋਇਆ ਉਹ ਘਟਨਾ ਕੀ ਸੀ ਕਾਨੂੰਨ ਬਣਨ ਦੀ ਘਟਨਾ ਲੇਕਿਨ ਜੇ ਅਸੀਂ ਐਫੀਡੇਵਿਟਾਂ ਵਾਲੀ ਗੱਲ ਨੂੰ ਜਿਵੇਂ ਅਸੀਂ ਹੁਣੇ ਤੱਕ ਸਮਝ ਪਾਏ ਆ ਜੇ ਉਸ ਤਰ੍ਹਾਂ ਸਮਝਦੇ ਆ ਫਿਰ ਤਾਂ ਇਹ ਹੋਏਗਾ ਕਿ ਕਾਨੂੰਨ ਬਣਨ ਦੀ ਤਾਂ ਘਟਨਾ ਸੀ ਤੇ ਅਸੀਂ ਅੰਦੋਲਨ ਕਰ ਲਿਆ ਲੇਕਿਨ ਜਦੋਂ ਕਾਨੂੰਨ ਸਸਪੈਂਡ ਹੋਣ ਤੋਂ ਬਾਅਦ ਦੁਬਾਰਾ ਲਾਗੂ ਹੋਣੇ ਨੇ ਯਾਨੀ ਜਿਹੜੀ ਵੀ ਤਰੀਕ ਨੂੰ ਉਹ सस्पेंशन ਦਾ ਟਾਈਮ ਖਤਮ ਹੋਣਾ ਹੈ ਪੀਰੀਅਡ ਖਤਮ ਹੋਣਾ ਹੈ ਉਸ ਤਰੀਕ ਤੋਂ ਬਾਅਦ ਕੋਈ ਘਟਨਾ ਨਹੀਂ ਹੋਣੀ ਕਾਨੂੰਨ ਲਾਗੂ ਹੋਣ ਦੀ ਸੋ ਬਿਨਾ ਘਟਨਾ ਤੋਂ ਕੀ ਅਸੀਂ ਕੋਈ ਅੰਦੋਲਨ ਉਧੂ ਖੜਾ ਕਰ ਸਕਾਂਗੇ ਜੇ ਆ ਸਕਦੀ ਹੁੰਦਾ ਤਾਂ ਇਹ ਵੀ ਵਿਚਾਰ ਜਿਹੜਾ ਹੈਗਾ ਮੈਨੂੰ ਲੱਗਦਾ ਸਾਡੇ ਦਿਮਾਗਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਸੇ ਵੀ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਸਾਰੇ ਇਸ ਅੰਦੋਲਨ ਨਾਲ ਜੁੜੇ ਤੇ ਹੋਰ ਪਹਿਲੂ ਨੇ ਇੱਕ ਸਵਾਲ ਇਹ ਵੀ ਉਠਾਇਆ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਸਿਰਫ 26 ਜਨਵਰੀ ਦੇ ਸਾਡੇ ਐਜੀਟੇਸ਼ਨ ਨੂੰ ਦਰ ਕਿ ਉਸ ਦੇ ਦੁਆ ਹੈਟ ਕਹਿ ਰਹੀ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਸਮਝੌਤਾ ਹੋਵੇ ਤੇ ਜੇ 26 ਜਨਵਰੀ ਲੰਘ ਗਈ ਤਾਂ ਉਸ ਤੋਂ ਬਾਅਦ ਇਹ ਸਮਝੌਤਾ ਨਹੀਂ ਹੋਣਾ ਇਹਦੇ ਬਾਰੇ ਵੀ ਵਿਚਾਰ ਕਰ ਲੈਣਾ ਚਾਹੀਦਾ ਕਿ ਕੀ ਸਿਰਫ 26 ਜਨਵਰੀ ਦਾ ਐਕਸ਼ਨ ਹੀ ਉਹ ਨਿਰਣਾਇਕ ਐਕਸ਼ਨ ਹੈ ਜਾਂ ਸਾਡਾ ਲਗਾਤਾਰ ਇਨੇ ਦਿਨ ਤੋਂ ਇੱਥੇ ਬੈਠੇ ਰਹਿਣਾ ਸਾਡੀ ਗਿਣਤੀ ਦਾ ਲਗਾਤਾਰ ਵਾਧੇ ਚਲੇ ਜਾਣਾ ਸਾਡੇ ਕੋਲ ਸਪੋਰਟ ਦੇ ਦਾਇਰੇ ਦਾ ਲਗਾਤਾਰ ਵਾਧੇ ਚਲੇ ਜਾਣਾ ਸਟੇਟਾਂ ਨਵੀਆਂ ਜੁੜ ਜਾਣੀਆਂ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਨਵਾਂ ਏਰੀਆ ਦੇ ਵਾਧਾ ਜਾਂ ਉਹ ਸਾਰਾ ਆਪਣੇ ਆਪ ਚ ਕੋਈ ਪ੍ਰੈਸ਼ਰ ਹੈ ਜਾਂ ਉਹਨਾਂ ਦੇ ਮੁਕਾਬਲੇ 26 ਜਨਵਰੀ ਦੇ ਇੱਕ ਦਿਨ ਦਾ ਜਿਹੜਾ ਪ੍ਰੈਸ਼ਰ ਹੈ ਉਹ ਰਹੀ ਜਿਆਦਾ ਵੱਡਾ ਇਹ ਦੋਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਫੈਸਲਾ ਹੈ ਇਹ ਵੀ ਸਾਨੂੰ ਬੜੇ ਵਸਤੂਗਤ ਆਧਾਰ ਤੇ ਕਰਨਾ ਚਾਹੀਦਾ ਮਨੁਗਤ ਆਧਾਰ ਤੇ ਨਹੀਂ ਮਨੁਗਤ ਤੋਂ ਭਾਵ ਮਤਲਬ ਸਾਡੇ ਅੰਦਾਜ਼ੇ ਮੁਤਾਬਕ ਨਹੀਂ ਸਕੂ ਜਨਤਾ ਦੇ ਵਿੱਚ ਦੇਖ ਕੇ ਠੋਸ ਨਿਰਣਾ ਜਿਹੜਾ ਹੈਗਾ ਜਨਤਾ ਦੀ ਗਿਣਤੀ ਦਾ ਅੰਦਾਜ਼ਾ ਕਿੰਨੇ ਦਿਨ ਤੋਂ ਕਿੰਨੇ ਲੋਕ ਬੈਠੇ ਨੇ ਉਹ ਸਭ ਚੀਜ਼ਾਂ ਦਾ ਅੰਦਾਜ਼ਾ ਜਿਹੜਾ ਹੈ ਇਹ ਲਗਾ ਕੇ ਹੀ ਸਾਨੂੰ ਇਸ ਵਿਸ਼ੇ ਦੇ ਉੱਤੇ ਪਹੁੰਚਣਾ ਚਾਹੀਦਾ ਸੋ ਮੈਂ ਕਿਸੇ ਨਿਰਣੇ ਤੇ ਨਾ ਪਹੁੰਚ ਕੇ ਸਿਰਫ ਸਵਾਲ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਜੀ ਅਸੀਂ ਦੂਜੀ ਗੱਲ ਵੀ ਕਰ ਲਈਏ ਕਿਉਂਕਿ ਹੁਣ ਤੱਕ ਮੇਰੇ ਸਵਾਲਾਂ ਤੋਂ ਉਸ ਬਹੁਤਿਆਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਇਸ ਸਵਾਲਾਂ ਦੇ ਰਾਹੀਂ ਹੀ ਲੀਡਿੰਗ ਕੁਐਸਚਨਸ ਨੇ ਲੀਡ ਕਰਕੇ ਇੱਥੇ ਪਹੁੰਚਾ ਰਿਹਾ ਹਾਂ ਕਿ ਆਪਾਂ ਇਸ ਨਤੀਜੇ ਤੇ ਪਹੁੰਚੀਏ ਕਿ ਅਸੀਂ ਤਾਂ ਅੰਦੋਲਨ ਜਿਹੜਾ ਹੈਗਾ ਇਹ ਕਾਨੂੰਨ ਰੱਦ ਕਰਨ ਦਾ ਹੀ ਲੜਾਂਗੇ ਆ ਉਹ ਸੂਰਤ ਦੇ ਵਿੱਚ ਵੀ ਸਵਾਲ ਹੈ ਜੇ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਅੰਦੋਲਨ ਰੱਦ ਕਰਨ ਦਾ ਹੀ ਲੜਾਂਗੇ ਫਿਰ ਸਾਨੂੰ ਲੰਬੇ ਤੇ ਲਗਾਤਾਰ ਫੈਲਦੇ ਹੋਏ ਅੰਦੋਲਨ ਦੀ ਤਿਆਰੀ ਵੀ ਕਰਨੀ ਪੈਗੀ ਇਹ ਵੀ ਸਾਨੂੰ ਆਪਣੇ ਮਨ ਅੰਦਰ ਛਾਤੀ ਮਾਰਨੀ ਪੈਗੀ ਕੀ ਵਕਈ ਸਾਡੇ ਸਾਰੇ ਹਿੱਸੇ ਅਸੀਂ ਸਾਰੇ ਲੋਕ ਸਾਡੇ ਪਿੰਡ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਨੌਜਵਾਨ ਉਸ ਵਕਈ ਹਲੇ ਹੋਰ ਲੰਬਾ ਹੋਰ ਜ਼ਿਆਦਾ ਲੰਬਾ ਅੰਦੋਲਨ ਲੜ ਲਈ ਸੱਚਮੁੱਚ ਤਿਆਰ ਸਿਰਫ ਸਟੇਜਾਂ ਦੇ ਦਾਅਵੇ ਨਹੀਂ ਕਿ ਅਸੀਂ ਸੱਚਮੁੱਚ ਉਤਿਆਰੀ ਉਹਦੇ ਤੇ ਕਿੰਨਾ ਸਾਡਾ ਉਥੋਂ ਆਣ ਜਾਣ ਲਗਾਤਾਰ ਕਿੰਨੇ ਲੋਕ ਗਵਾਰੀ ਨਾਲ ਇੱਥੇ ਰਹਿਣਗੇ ਕਿੰਨੇ ਪਿੰਡਾਂ ਦਾ ਕੰਮ ਸਾਂਭਣਗੇ ਉਹ ਸਾਰੀ ਚੀਜ਼ਾਂ ਦੇ ਉੱਤੇ ਨਿਗਾਹ ਮਾਰ ਕੇ ਜਰੂਰ ਸਾਨੂੰ ਫੈਸਲਾ ਫਿਰ ਉਸ ਐਂਗਲ ਤੋਂ ਵੀ ਲੈਣਾ ਚਾਹੀਦਾ ਸੋ ਸਾਰੇ ਨੁਕਤੇਆਂ ਨੂੰ ਮੈਂ ਖੁੱਲਾ ਛੱਡਦਾ ਹੋਇਆ ਆਪਣੀ رائے ਜਿਹੜੀ ਹੈ ਕਿ ਕਿਸੇ ਇੱਕ رائے ਦੇ ਉੱਤੇ ਨਾ ਪਹੁੰਚਣ ਦੀ ਕੋਸ਼ਿਸ਼ ਕਰਦਾ ਹੋਇਆ ਇਸ ਗੱਲ ਦੇ ਉੱਤੇ ਫਿਰ ਤੋਂ ਕਾਇਮ ਆ ਕਿ ਸਾਡੀ ਆਗੂਆਂ ਨੇ ਸਪਸ਼ਟ ਕਿਹਾ ਉਹਨਾਂ ਨੂੰ ਕਿ ਅਸੀਂ ਹਲੇ ਤੁਹਾਡੀਆਂ ਕੋਈ ਗੱਲਾਂ ਮੰਨੀਆਂ ਨਹੀਂ ਅਸੀਂ ਲਾ ਜਿਹੜੇ ਨੇ ਰੱਦ ਕਰਾਉਣ ਦੇ ਉੱਤੇ ਹੀ ਖੜੇ ਆ ਪਰ ਕਿਉਂਕਿ ਤੁਸੀਂ ਕੁਝ ਪ੍ਰਪੋਜ਼ਲ ਸਾਨੂੰ ਦਿੱਤੇ ਨੇ ਤਾਂ ਲਾਜ਼ਮੀ ਹੈ ਅਸੀਂ ਪ੍ਰਪੋਜ਼ਲ ਆਪਣੀ ਲੋਕਾਈ ਦੇ ਨਾਲ ਸਾਂਝੇ ਕਰਾਂਗੇ ਗੰਭੀਰਤਾ ਨਾਲ ਉਹਨਾਂ ਤੇ ਵਿਚਾਰ ਕਰਾਂਗੇ ਤੇ ਕਿਸੇ ਠੋਸ ਤੇ ਨਿਰਣਾਇਕ ਫੈਸਲੇ ਦੇ ਉੱਤੇ ਪਹੁੰਚ ਕੇ ਜਰੂਰ ਤੁਹਾਡੇ ਕੋਲ ਆਵਾਂਗੇ ਸੋ ਇਸ ਨੁਕਤੇ ਨੇ ਜਿਹੜੇ ਲੀਡਰ ਵੀ ਵਿਚਾਰਨਗੇ ਤੇ ਮੈਂ ਸਮਝਦਾ ਲੋਕਾਂ ਨੂੰ ਵੀ ਟਰਾਲੀਆਂ ਦੇ ਵਿੱਚ ਬੈਠੇ ਲੋਕਾਂ ਨੂੰ ਅ ਆਨ ਉਸ ਵੀ ਰਚਾਪੀ ਦੇ ਆਨੋ ਨਾਸ਼ਤਾ ਕਰਦਿਆਂ ਨੂੰ ਰੋਟੀ ਖਾਂਦਿਆਂ ਨੂੰ ਲਗਾਤਾਰ ਇਹ ਸਾਰੇ ਨੁਕਤੇਆਂ ਦੇ ਉੱਤੇ ਚਰਚਾਵਾਂ ਕਰਨੀਆਂ ਚਾਹੀਦੀਆਂ ਨੇ ਤੇ ਆਪਣੇ ਆਗੂਆਂ ਨੂੰ ਆਪਣੇ ਵਿਚਾਰਾਂ ਤੋਂ ਅਵਗਤ ਕਰਾਉਂਦੇ ਰਹਿਣਾ ਚਾਹੀਏ ਤਾਂ ਕਿ ਜੋ ਵੀ ਅਸੀਂ ਫੈਸਲਾ ਲਈਏ ਅਸੀਂ ਸਾਰੇ ਇਕਜੁੱਟ ਹੋ ਕੇ ਜਿਵੇਂ ਅੱਜ ਤੱਕ ਲੜ ਰਹੇ ਹਾਂ ਉਸ ਇਕਜੁੱਟ ਦੇ ਨਾਲ ਹੀ ਫੈਸਲਾ ਲੈ ਕੇ ਅੱਗੇ ਵਧੀਏ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ